ਲੋਕਰ ਦੇ ਪਿੱਛੇ ਨਾ ਚਾਬੀ ਪਈ ਸੀ, ਇਹ ਸਮਾਨ ਨੇ ਬਾਹਰ ਕੱਢ ਕੇ ਥੱਲੇ ਥੱਲੇ ਸੁੱਟਿਆ, ਇੱਥੋਂ ਥੱਲੇ ਚੁੱਕਿਆ ਸਮਾਨ, ਇੱਥੋਂ ਚੁੱਕ ਕੇ ਤੇ ਫਿਰ ਉਹਨੇ ਵਿੱਚੋਂ ਲੋਕ ਕੱਢ ਕੇ ਤੇ ਲੈ ਗਿਆ। ਬਸ ਇਹ ਵੀ ਕੋਈ ਚੀਜ਼ ਨਹੀਂ ਛੱਡ ਕੇ ਗਿਆ, ਸਾਰਾ ਕੁਛ ਹੀ ਲੈ ਗਿਆ ਜਿੰਨਾ ਵੀ ਲੋਕਰ ਚਾਹਿਆ। ਇੱਕ ਤਾਂ ਹੁੰਦਾ ਘਰ ਖੁੱਲਾ ਡੁੱਲਾ ਹੋਵੇ ਤੇ ਬੰਦਾ ਕੈਸ਼ ਵੀ ਥੋੜਾ ਬਹੁਤ ਨਾ, ਇੰਨੇ ਵੀ ਦੇ ਘਰ ਚ ਵੇਖੋ ਤੁਸੀਂ ਵੀ ਉਹ ਕਿਦਾਂ ਇੱਕ ਮਾੜਾ ਜਿਹਾ ਜਾਲੀ ਲੱਗੀ ਖਿੜਕੀ ਨਾ, ਉਹਦੇ ਰਾਹੀਂ ਆ ਕੇ ਤਨੂ ਵਾਲੀ ਅਲਮਾਰੀ ਫੋਲੀ ਸਾਰੀ ਖਿਲੜੀ ਪਈ ਓਦਾਂ ਹੀ ਉੱਠੇ ਤੇ ਦਰਾਜ ਵੀ ਖਿਲੜ ਸਾਰੇ ਫੋਲੇ ਦੇ, ਮੁੜ ਕੇ ਬਾਲਕੋਨੀ ਵਾਲੇ ਦਰਵਾਜ਼ੇ ਰਾਹੀਂ ਗਿਆ। ਤੇ ਇੰਨਾ ਕਰੀ ਵੀ ਉਹ ਸ਼ੀਲ ਨਹੀਂ ਹੋ, ਮੈਂ ਤਾਂ ਉਹ ਕਹਿੰਦਾ ਮੈਨੂੰ ਕਹਿੰਦੀ ਮੰਮਾ ਜੀ ਛੱਤੀ ਆ ਗਈ, ਮੈਂ ਤਨੂ ਮੇਰੀ ਤਬੀਅਤ ਜਿਹੀ ਨਹੀਂ ਠੀਕ ਲੱਗਣ ਦੀ, ਮੈਨੂੰ ਪਤਾ ਨਹੀਂ ਕਿਉਂ ਮੈਂ ਡਾਕਟਰ ਸੋਚ ਪਈ ਹੈ, ਪਤਾ ਨਹੀਂ ਕਿਉਂ ਠਾਂਡਿਆ ਉੱਠ ਕੇ ਕਹਿੰਦਾ ਤਨੂ ਤਨੂ ਨੇ ਮੇਰੇ ਕਿਹਾ ਕਿ ਇਹਨੇ ਕਿਹਾ ਆਉਂਦਾ ਉੱਪਰ ਕੋਈ ਲੱਗਦਾ ਹੈਗਾ ਵਾ, ਮੈਂ ਕਿ ਤਨੂ ਲੱਗਦਾ ਕਿ ਤੈਨੂੰ ਕਿਹਾ ਕਿ ਕੋਈ ਮਾਮਲਾ ਨਹੀਂ ਮੰਮਾ ਉੱਤੇ ਕੋਈ ਹੈਗਾ ਅੰਦਰ ਹੀ ਉਹ। ਹਾਂਜੀ ਸ਼ਰਨਜੀਤ ਠਠਿਆਰੀ ਗੇਟ ਸਰ, ਅਸੀਂ ਰਾਤ ਸੁੱਤੇ ਸੀ, ਸਾਨੂੰ ਕੁਛ ਨਹੀਂ ਪਤਾ ਸਾਡੇ, ਮੈਂ ਉੱਪਰ ਬੁਟੀਕ ਦਾ ਕੰਮ ਕਰਦੀ ਹਾਂ ਅਤੇ ਉੱਪਰ ਖਿੜਕੀ ਆ, ਖਿੜਕੀ 'ਤੇ ਜਾਲੀ ਲੱਗੀ, ਕਿਸੇ ਨੇ ਜਾਲੀ ਨੂੰ ਫਾੜ ਕੇ ਉਹਦੇ ਰਾਹੀਂ ਕੋਈ ਆਇਆ ਹੈ, ਇੱਥੇ ਮੇਰਾ ਬੇਟਾ ਸੁੱਤਾ ਹੈ, ਬੇਟੇ ਨੂੰ ਵੀ ਕੁਛ ਪਤਾ ਨਹੀਂ ਉਹਨੂੰ ਕੁਛ ਸੰਘਾਤਾ ਹੈ ਕਿ ਜੇ ਕੀ ਕੀਤਾ। ਜਦੋਂ ਮੈਂ ਸਵੇਰੇ ਉੱਠ ਕੇ ਰੂਮ 'ਚ ਆਈ ਹਾਂ, ਅਲਮਾਰੀ ਖੁੱਲ੍ਹੀ ਪਈ, ਸਮਾਨ ਸਾਰਾ ਖਿਲਰਿਆ ਪਿਆ, ਮੈਂ ਰੋਣ ਲੱਗ ਗਈ ਕਿ ਇੱਕਦਮ ਕਿ ਕੀ ਹੋਇਆ ਅੰਸ਼, ਤੂੰ ਕੁਛ ਕੀਤਾ ਹੈ? ਕਹਿੰਦਾ ਮੰਮਾ ਮੈਨੂੰ ਕੁਛ ਪਤਾ ਹੀ ਨਹੀਂ, ਉਹਨੂੰ ਕੁਛ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋਈ ਖੁਰਾਕ ਹੋਇਆ ਜਾਂ ਸਮਾਨ ਡਿੱਗਿਆ, ਜੋ ਮੇਰਾ ਕੈਸ਼ ਕੁਸ਼ ਸੀ, ਜੋ ਵੀ ਮੇਰਾ ਗਹਿਣਾ ਗੱਟਾ ਸੀ, ਸਾਰਾ ਕੁਛ ਹੀ ਲੈ ਗਏ, ਕੋਈ ਚੀਜ਼ ਨਹੀਂ ਛੱਡ ਕੇ ਗਏ ਘਰ 'ਚ। ਬਸ ਇਹੀ ਮੇਰਾ ਕੈਸ਼ ਤਾਂ 1,00,000 ਦੇ ਲਾਗੇ ਚਾਗੇ ਹੋਊਗਾ, ਅਤੇ ਬਾਕੀ ਗਹਿਣਾ ਗੱਟਾ 4-4.5 ਲੱਖ ਦੇ ਲਾਗੇ ਚਾਗੇ ਸੀ। ਮੈਂ ਬੁਟੀਕ ਦਾ ਕੰਮ ਕਰਦੀ, ਮੇਰਾ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਆ, ਉਹ ਵੀ ਫੋਲਿਆ, ਉਹਦੇ ਵਿੱਚ ਵੀ ਥੋੜ੍ਹਾ ਬਹੁਤਾ ਕੈਸ਼ ਸੀ, ਅਤੇ ਜਿਹੜੇ ਉਹ ਕਮਰੇ 'ਚ ਜਾਲੀ ਲੱਗੀ ਸੀ ਅਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ, ਅਤੇ ਮੁੜ ਕੇ ਦਰਵਾਜ਼ੇ ਰਾਹੀਂ ਗਏ ਆ, ਕੋਈ ਉੱਥੇ ਬਾਲਕੋਨੀ 'ਚ ਦਰਵਾਜ਼ਾ, ਦਰਵਾਜ਼ਾ ਖੋਲ੍ਹ ਕੇ ਬਾਹਰ ਗਏ। ਮੈਂ ਸਵੇਰੇ 8 ਵਜੇ ਉੱਠੀ ਸੀ, ਮੈਨੂੰ ਸਵੇਰੇ ਜਾਗ ਹੀ ਨਹੀਂ ਆਈ, 8 ਵਜੇ ਜਾਗ ਆਈ, ਮੈਂ ਉੱਠ ਕੇ ਅੰਦਰ ਆਈ ਹਾਂ, ਮੂੰਹ ਹੱਥ ਧੋ ਕੇ ਮੈਂ ਬੇਟੇ ਨੂੰ ਵੇਖਿਆ, ਅਤੇ ਮੈਂ ਅਲਮਾਰੀ ਵੱਲ ਧਿਆਨ ਦਿੱਤਾ ਅਤੇ ਅਲਮਾਰੀ ਖੁੱਲ੍ਹੀ ਪਈ ਸੀਗੀ, ਕੋਈ ਖੜਾਕ ਖੜੂਕ ਨਹੀਂ ਆਇਆ, ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਡਿਆ ਜਾਂ ਨਹੀਂ ਹੋਣ ਡਿਆ, ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੁਛ ਸੰਘਾਤਾ ਸੀ ਜਾਂ ਕੀ ਗੱਲਬਾਤ ਸੀ, ਕੁਛ ਨਹੀਂ ਪਤਾ ਸਾਨੂੰ, ਨਹੀਂ ਤਾਂ ਮਾੜਾ ਮੋਟਾ ਵੀ ਖੜਾਕ ਹੋਏ ਮੈਂ ਉਸੇ ਵੇਲੇ ਉੱਠ ਜਾਂਦੀ ਹੁੰਦੀ ਕਿ ਕੋਈ ਖੜਾਕ ਹੋਣ ਡਿਆ। ਕੋਈ ਬਾਹਰੋਂ ਤਾਂ ਨਹੀਂ ਆ ਸਕਦਾ, ਗਲੀ ਮਹੱਲੇ ਦਾ ਵੀ ਕੋਈ ਹੈਗਾ ਵਾ, ਹੋ ਸਕਦਾ, ਪਰ ਹਾਂਜੀ ਕਰਾਤੀ ਹੈ। ਜੋ ਵੀ ਡਾਕਟਰ ਸਾਹਮਣੇ ਹੁੰਦੇ ਆ ਸਭ ਦੀ ਤਫਤੀਸ਼ ਰਾਮ ਸਾਹਮਣੇ ਹੁੰਦਾ ਵਾ ਤਾਰੀ ਵਿੱਚ ਗਿਆ।